ਤੁਸੀਂ ਕਹਿੰਦੇ ਮੈਂ ਭਨੇਵਾ ਹੈਗਾ ਬਾਬਾ ਜੀ ਦਾ, ਤੁਸੀਂ ਆ ਯਾਰ ਕਿਰਪਾਨ ਪਾ ਕੇ ਆ ਕੰਮ ਸਹੀ ਕਰਨ ਡਿਆ ਤੁਸੀਂ, ਹੈ ਕਿਰਪਾਨ ਪਾਈ ਆ, ਅਰੇ ਭਾਈ ਸਾਹਿਬ ਤੁਸੀਂ ਕਹਿੰਦੇ ਮੈਂ ਵੀਰ ਅਨੂਪ ਸਿੰਘ ਜੀ ਦਾ ਭਾਣਜਾ ਭਨੇਵਾ ਹੋਏ, ਸਹੀ ਕੰਮ ਕਰਨ ਡਿਆ ਤੁਸੀਂ, ਹੈ ਦਾੜੀ ਕਟਾਉਂਦੇ ਹੋ ਇੱਥੇ ਨਾਈ ਦੀ ਦੁਕਾਨ ਤੇ ਬਹਿ ਕੇ ਅੰਮ੍ਰਿਤ ਛੱਕ ਕੇ, ਹੈ ਅਰੇ ਯਾਰ ਮੈਂ ਦਾੜੀ ਤੇ ਕਟਾਈ ਨਹੀਂ। ਭਾਜੀ ਕੈਂਚੀ ਲਾਈ ਤੁਸੀਂ, ਮੈਂ ਵੇਖਿਆ ਚਿੱਟੇ ਵਾਲ ਨਹੀਂ ਕੱਟੇ ਤੁਮਨੇ, ਚਿੱਟੇ ਵਾਲ ਮੇਰੀ ਗੱਲ ਸਫੇਦ ਸੁਣੋ, ਵਾਲ। ਇੱਕ ਮਿੰਟ ਮੇਰੀ ਗੱਲ ਅੱਛਾ ਮੁਝੇ ਬਤਾ ਭਾਈ, ਤੂੰ ਸਫੇਦ ਵਾਲ ਕੱਟੇ ਨਹੀਂ ਕੱਟੇ? ਹਾਂ ਸਫੇਦ ਵਾਲ ਕੱਟੇ ਕਿ ਨਹੀਂ ਕੱਟੇ, ਕੈਸੇ ਕਹਿੰਦੇ ਸਫੇਦ ਵਾਲ ਨਹੀਂ ਕੱਟੇ? ਸਫੇਦ ਵਾਲ ਕਟਾਏ ਮੈਂ, ਫਿਰ ਤੁਸੀਂ ਇਹ ਕਹਿਣ ਡਿਓ ਕਿ ਮੈਂ ਵੀਰ ਅਨੂਪ ਸਿੰਘ ਜੀ ਦਾ ਭਾਂਜਾ, ਤੇ ਫਿਰ ਮੈਂ ਤੁਸੀਂ ਬਾਬੇ ਦਾ ਬਾਬਿਆਂ ਨੂੰ ਬਦਨਾਮ ਕਰਦੇ ਹੋ। ਸੁਣੋ ਇਹਨਾਂ ਨੂੰ ਮੈਂ ਆਪਣਾ ਕੀ ਆਖਿਆ? ਕੀ ਆਖਿਆ? ਮੈਂ ਕਿਹਾ ਮੇਰੇ ਕਾਲੇ ਵਾਲਾਂ ਤੇ ਕੈਂਚੀ ਨਹੀਂ ਲੱਗਣੀ ਚਾਹੀਦੀ। ਚਿੱਟੇ ਵਾਲਾਂ ਤੇ ਲੱਗਣੀ ਚਾਹੀਦੀ ਹੈ। ਵਾਹ ਮੂਰਖਾ, ਵਧੀਆ ਕੰਮ ਕਰ ਰਹੇ ਤੂੰ, ਹੈ ਸਹੀ ਕਰਾਂ। ਕੀ ਨਾਂ ਤੇਰਾ? ਮੇਰਾ ਨਾਂ ਪੋਦਨੀ ਆ ਬਈ। ਕਿੱਥੇ ਰਹਿਣਾ? ਕਿਤੇ ਨਹੀਂ ਰਹਿੰਦਾ ਯਾਰ। ਹੈ ਕਿੱਥੇ ਤਾਂ ਰਹਿਣਾ ਹੀ ਹੈ। ਹੁਣੇ ਕਹਿਣ ਡਿਆ ਮੈਂ ਵੀਰ ਬਾਬੇ ਵੀਰ ਸਿੰਘ ਅਨੂਪ ਜੀ ਦਾ ਮੈਂ ਭਨੇਵਾ। ਮੈਂ ਪੰਜਾਬ ਰਹਿਣਾ ਯਾਰ। ਨਹੀਂ ਪੰਜਾਬ ਰਹਿਣਾ ਹੈ, ਭਨੇਵਾ ਤਾਂ ਕੀ ਤੂੰ ਇਹ ਕੰਮ ਕਰੇਗਾ ਵੀਰ ਜੀ ਦਾ? ਮੈਂ ਭਨੇਵਾ ਹੈ ਹੀ ਨਹੀਂ ਕਦੇ। ਹੁਣੇ ਤਾਂ ਤੂੰ ਕਹਿਣ ਡਿਆ ਮੈਂ ਵੀਰ ਜੀ ਦਾ ਭਨੇਵਾ। ਕੱਢੀ ਯਾਰ ਇੱਥੋਂ, ਕਰੀ ਯਾਰ। ਚਲੋ ਕਰੋ ਕਰੋ, ਸਹੀ ਕਰਨ ਡਿਓ, ਜਿਵੇਂ ਕਰੋਗੇ ਉਵੇਂ ਭਰੋਗੇ ਭਾਜੀ, ਭਰਾ ਭਾਜੀ ਕਿਰਪਾ ਕਰਕੇ ਕਿਰਪਾਨ ਲਾ ਕੇ ਕਰੋ, ਸ਼੍ਰੀ ਸਾਹਿਬ ਲਾਓ ਤੁਸੀਂ। ਚੰਗੇ ਕੰਮ ਕਰਨ ਡਿਓ ਭਾਜੀ ਤੁਸੀਂ। ਅਰੇ ਵੀਰ ਜੀ ਧਾਗਾ ਹੀ ਲਾਉਂਦੇ ਆ, ਕਿਉਂ ਕੰਜਰੀਆਂ ਵਾਲੇ ਕੰਮ, ਕੁੜੀਆਂ ਵਾਲੇ ਕੰਮ ਕਰਦਾ ਧਾਗਾ ਤੇ ਕਲੀਨ ਸ਼ੇਪ ਕਰਾ ਲਾ ਆਪਣੀ ਕਿਰਪਾਨ, ਗਾਤਰੇ ਲਾ ਦੋ, ਕੰਨ ਗਾਤਰੇ ਪਾਏ ਆ ਤੁਸੀਂ, ਇਹ ਕਾਤੇ ਵਾਸਤੇ ਲਮਣਾ ਵੀਰ ਜੀ। ਫਿਰ ਗਾਤਰੇ ਲਾਓ ਤੁਸੀਂ, ਆ ਕੰਮ ਕਰਾਓ, ਬਿਲਕੁਲ ਕਲੀਨ ਸ਼ੇਪ ਹੋ ਜਾਓ। ਕਿਉਂ ਕਲੀਨ ਸ਼ੇਪ ਹੋਣਾ? ਤੁਹਾਨੂੰ ਸ਼ਰਮ ਨਹੀਂ ਆਉਂਦੀ ਆ ਕੇ ਬੈਠੇ ਹੋ ਨਾਈਆਂ ਕੋਲ? ਹੈ ਮੈਂ ਵੀਰ ਜੀ ਦਾ ਭਣੇਵਾ। ਹਾਂ ਆ ਜਾ ਆ ਜਾ। ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ।